ਮਿੱਤਰ ਸੈਨ ਮੀਤ ਦਾ ਨੋਵਲ ਸੁਧਾਰ ਕਰਦਾ 18ਵਾਂ ਅੰਗ ਅਸਲ ਮੁਲਜ਼ਮਾਂ ਦੀ ਸ਼ਨਾਖਤ ਹੋਣ ਦਾ ਐਲਾਨ ਕਰਨ ਤੋਂ ਪਹਿਲਾਂ ਸੰਮਤੀ ਆਪਣੇ ਤੌਰ ਤੇ ਤੱਥਾਂ ਦੀ ਪੁਸ਼ਟੀ ਕਰਨ ਲੱਗੀ ਸਾਜਰੀ ਬਾਬਾ ਸ਼ੰਕਰਦਾਸ ਆੜਤੀਏ ਦੇ ਘਰ ਜਾਵੜਿਆ ਪਹਿਲਾਂ ਉਸੇ ਦੇ ਪੋਤੇ ਨੂੰ ਅਗਵਾ ਕੀਤਾ ਗਿਆ ਸੀ ਕੋਈ ਹੋਰ ਇਸ ਵਾਰਦਾਤ ਬਾਰੇ ਪੁੱਛਦਾ ਤਾਂ ਸ਼ੰਕਰਦਾਸ ਛੋਟੇ ਵਾਂਗ ਸਿਰ ਮਾਰ ਦਿੰਦਾ ਬਾਬੇ ਅੱਗੇ ਝੂਠ ਬੋਲਣ ਦੀ ਹਿੰਮਤ ਨਾ ਪਈ ਕਾਰ ਮੁੜ ਕੇ ਬੱਚੇ ਨੇ ਅਗਵਾਕਾਰਾਂ ਬਾਰੇ ਜੋ ਵੇਰਵੇ ਦਿੱਤੇ ਸਨ ਉਹ ਹਰਮਨ ਵੀਰ ਹੋਰਾਂ ਦੇ ਅਗਵਾਕਾਰ ਹੋਣ ਦੀ ਪੁਸ਼ਟੀ ਕਰਦੇ ਸੀ T2 ਨੂੰ ਇੱਕ ਕਾਲੇ ਸ਼ੀਸ਼ਿਆਂ ਵਾਲੀ ਕਾਰ 'ਚ ਬਿਠਾ ਕੇ ਲਜਾਇਆ ਗਿਆ ਸੀ ਕਾਰ ਨੂੰ ਇੱਕ ਸਰਦਾਰ ਚਲਾ ਰਿਹਾ ਸੀ ਉਹਦੇ ਨਾਲ ਬੈਠਾ ਬੰਦਾ ਮੋਨਾ ਸੀ ਉਹਨੂੰ ਜਿੱਥੇ ਬੰਦ ਕੀਤਾ ਗਿਆ ਉਹ ਕਿਸੇ ਨੌਕਰ ਦਾ ਕੁਆਟਰ ਜਾਪਦਾ ਸੀ ਸ਼ਾਇਦ ਕਦੇ ਮੁਲਜ਼ਮ ਫਾੜੇ ਜਾਣ ਇਹ احساس ਨਾਲ ਸ਼ੰਕਰਦਾਸ ਨੇ ਅਗਵਾਕਾਰਾਂ ਵੱਲੋਂ ਲਿਖੇ ਖੱਤ ਸੰਭਾਲ ਰੱਖੇ ਉਹਨੇ ਬਾਬੇ ਦੇ ਹਵਾਲੇ ਕਰ ਦਿੱਤੇ ਬੈਂਕ ਮੈਨੇਜਰ ਦਾ ਦਰਵਾਜ਼ਾ ਜੀਵਨ ਆਰਤੀ ਨੇ ਖੜਕਾਇਆ ਉਹਦਾ ਖਾਤਾ ਮੈਨੇਜਰ ਦੀ ਬੈਂਕ ਵਿੱਚ ਸੀ ਦੋਹਾਂ ਦਾ ਦੋਸਤਾਨਾ ਵੀ ਸੀ ਉਹਨੇ ਵੀ ਤੱਥਾਂ ਦੀ ਪੁਸ਼ਟੀ ਕਰ ਦਿੱਤੀ ਹੱਥ ਲਿਖਤਾਂ ਦੇ ਮਾਹਰ ਕੋਲੋਂ ਦੋ ਚਿੱਠੀਆਂ ਦਾ ਮਿਲਾਨ ਕਰਾਇਆ ਗਿਆ ਦੋਵੇਂ ਪੱਤਰ ਇੱਕੋ ਵਿਅਕਤੀ ਦੇ ਲਿਖੇ ਸਨ ਇਸ ਰਿਪੋਰਟ ਬਾਅਦ ਕੜੀ ਨਾਲ ਕੜੀ ਜੁੜਨ ਲੱਗੀ ਅਸਲ ਮਸਲਾ ਤਾਂ ਹੱਲ ਹੁੰਦਾ ਤਾਂ ਹੱਲ ਹੁੰਦਾ ਜੇ ਬੰਟੀ ਦੇ ਘਰਦਿਆਂ ਨੂੰ ਲਿਖੀਆਂ ਚਿੱਠੀਆਂ ਸੁਰੱਖਿਅਤ ਹੁੰਦੀਆਂ ਅਸਲ ਧਮਕੀ ਪੱਤਰਾਂ ਨੂੰ ਪੁਲਿਸ ਨੇ ਮਿਸਲ ਨਾਲੋਂ ਲਾ ਲਿਆ ਸੀ ਉਹਦੀ ਥਾਮ ਪਾਲੇ ਕੋਲੋਂ ਨਵੀਆਂ ਚਿੱਠੀਆਂ ਲਖਵਾ ਕੇ ਮਿਸਲ ਨਾਲ ਲਾ ਦਿੱਤੀਆਂ ਸਿੱਟੇ ਤੇ ਪੁੱਜਣ ਲਈ ਸੰਮਤੀ ਨੂੰ ਹੋਰ ਮਿਹਨਤ ਦੀ ਲੋੜ ਮਹਿਸੂਸ ਹੋਈ ਰਜਿੰਦਰ ਨੇ ਧਾਗਾ ਮਿਲਜ ਕੰਮ ਕਰਦੇ ਟ੍ਰੇਡ ਯੂਨੀਅਨਾਂ ਦੇ ਨੇਤਾਵਾਂ ਨੂੰ ਚੌਕਸ ਕੀਤਾ ਤੁਸੀਂ ਤਿੰਨਾਂ ਦੋਸ਼ੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੋ ਸਮੇਂ-ਸਮੇਂ ਸੰਮਤੀ ਨੂੰ ਸੂਚਿਤ ਕਰੋ ਤਿੰਨ ਦਿਨਾਂ ਬਾਅਦ ਸੰਮਤੀ ਨੂੰ ਮੁੱਢਲੀ ਜਾਣਕਾਰੀ ਮਿਲ ਗਈ ਕੋਠੀ ਅੰਦਰ ਕੰਮ ਕਰਦੇ ਨੌਕਰਾਂ ਨੇ ਦੱਸਿਆ ਹਰਮਨबीर 2 ਮਹੀਨੇ ਤੋਂ ਗਾਇਬ ਹੈ ਪਹਿਲਾਂ ਉਹਨੂੰ ਦਿੱਲੀ ਭੇਜਿਆ ਗਿਆ ਉੱਥੇ ਬਾਹਰਲੇ ਮੁਲਕ ਲਈ ਜਹਾਜ਼ ਚੜਾ ਦਿੱਤਾ ਗਿਆ ਉਹ ਕਿਸ ਦੇਸ਼ 'ਚ ਹੈ ਕਿਸ ਰਿਸ਼ਤੇਦਾਰ ਕੋਲ ਠਹਿਰੇ ਹੈ ਦਾ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਮਿੱਲ ਮਾਲਕ ਕਾਕੇ ਨੂੰ ਪੁੱਠੇ ਰਾ ਪਾਉਣ ਵਾਲੇ ਨੌਕਰਾਂ ਤੇ ਡਾਢਾ ਦੁਖੀ ਹੈ ਜੁੱਤੀਆਂ ਮਾਰ ਕੇ ਦੋਹਾਂ ਨੂੰ ਨੌਕਰੀਆਂ ਨੌਕਰੀਆਂ ਕੱਢਿਆ ਜਾ ਚੁੱਕਾ ਹੈ ਮਾਲਕ ਵੱਲੋਂ ਅਫਵਾਹ ਫਲਾਈ ਗਈ 네ਪਾਲੀ 네ਪਾਲ ਨੂੰ ਦੌੜ ਗਏ ਪਰ ਇਹ ਸੱਚ ਨਹੀਂ ਹੈ ਮਾਲਕ ਨੇ ਥਾਪੇ ਨੂੰ ਦਿੱਲੀੋਂ ਲਿਆਂਦਾ ਸੀ ਉਹਨੂੰ ਉੱਥੇ ਹੀ ਪਹੁੰਚਾਇਆ ਗਿਆ ਥਾਪੇ ਦੇ ਰਿਸ਼ਤੇਦਾਰਾਂ ਨੂੰ ਤਾੜਨਾ ਕੀਤੀ ਗਈ ਹੈ ਜਲਦੀ ਇਹਨੂੰ ਅੱਗੇ ਪਿੱਛੇ ਕਰ ਦਿਓ ਪੁਲਿਸ ਕਿਸੇ ਵੀ ਸਮੇਂ ਇਹਨੂੰ ਫੜਨਾ ਆ ਸਕਦੀ ਹੈ ਹੁਕਮ ਮੰਨ ਕੇ ਰਿਸ਼ਤੇਦਾਰਾਂ ਨੇ ਥਾਪੇ ਨੂੰ ਕਿਧਰੇ ਦੂਰ ਦੁਰਾਡੇ ਭੇਜ ਦਿੱਤਾ ਯੂਨੀਅਨ ਵਾਲਿਆਂ ਦਾ ਉਸ ਨਾਲ ਸੰਪਰਕ ਸਥਾਪਤ ਹੋਣ ਵਾਲਾ ਨਸ਼ਿਆਂ ਦੀ ਤੋਟ ਕਰ ਅਨੰਦ ਮੋਇਆ ਹੋਇਆ ਡਰਾਈਵਰ ਸਰਕਾਰੀ ਹਸਪਤਾਲ ਦੇ ਨਸ਼ਾ ਛਡਾਊ ਵਾਰਡ 'ਚ ਪਿਆ ਹੈ ਮੌਤ ਨਾਲ ਜੂਝ ਰਿਹਾ ਹੈ ਪੈਰਾ ਮੈਡੀਕਲ ਸਾਥੀਆਂ ਦੀ ਸਹਾਇਤਾ ਨਾਲ ਉਹਦੀ ਹੱਥ ਲਿਖਤ ਦਾ ਨਮੂਨਾ ਹਾਸਲ ਕੀਤਾ ਗਿਆ ਸ਼ੰਕਰ ਦਾਸ ਦੇ ਮੈਨੇਜਰ ਕੋਲੋਂ ਮਿਲੀਆਂ ਚਿੱਠੀਆਂ ਡਰਾਈਵਰ ਦੀਆਂ ਲਿਖੀਆਂ ਹੋਈਆਂ ਹਨ ਇਹ ਰਿਪੋਰਟ ਮਿਲਦੇ ਹੀ ਸਮਤੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਬੁਲਾਈ ਤੇ ਸਮੇਤ ਸਬੂਤਾਂ ਦੇ ਵੰਟੀ ਦੇ ਕਤਲਾਂ ਦੇ ਨਾਂ ਨਸ਼ਰ ਕਰ ਦਿੱਤੇ ਅੰਗ 19 ਸੁੰਦਰੋਰਾ ਨੂੰ ਰਾਤ ਨੂੰ ਪਤਾ ਲੱਗਿਆ ਸੀ ਉਹਨਾਂ ਦੀ ਗਿਣਤੀ 'ਚ ਵਾਧਾ ਹੋਣ ਵਾਲਾ ਜੇਲ੍ਹ ਅਧਿਕਾਰੀ ਇਸ ਬੈਰਕ 'ਚ ਬੰਦ ਕੈਦੀਆਂ ਨੂੰ ਬਦਮਾਸ਼ ਆਖਦੇ ਹਨ ਇਸ ਲਈ ਜੇਲ੍ਹ ਰਿਕਾਰਡ ਵਿੱਚ ਇਸ ਬੈਰਕ ਦਾ ਨਾਮ ਬਦਮਾਸ਼ਾਂ ਵਾਲੀ ਬੈਰਕ ਹੈ ਸੁੰਦਰ ਹੋਰੇ ਆਖਦੇ ਹਨ ਉਹਨਾਂ ਨੂੰ ਕੈਦ ਬਹਾਦਰੀ ਵਾਲੇ ਕੰਮ ਕਾਰਨ ਹੋਈ ਹੈ ਉਹ ਆਪਣੇ ਆਪ ਨੂੰ ਸੂਰਮੇ ਸਮਝਦੇ ਹੈ ਇਸ ਲਈ ਜੇਲ੍ਹ ਦੇ ਬਾਕੀ ਕੈਦੀ ਇਹਨੂੰ ਬਹਾਦਰਾਂ ਵਾਲੀ ਬੈਰਕ ਆਖਦੇ ਹਨ ਉਹਨਾਂ ਦੀ ਬੈਰਕ ਚੋਂ ਆਉਣ ਵਾਲੇ ਪਾਲੇ ਨੇ ਕਿਹੜੀਆਂ-ਕਿਹੜੀਆਂ ਮੱਲਾ ਮਾਰੀਆਂ ਹਨ ਉਹ ਕਿੱਥੋਂ ਦਾ ਸੂਰਮਾ ਹੈ ਸਵੇਰ ਤੋਂ ਸਿਰ ਜੋੜ ਕੇ ਉਹ ਸੋਚ ਰਹੇ ਹਨ ਤਿੰਨ ਮਹੀਨੇ ਤੱਕ ਕੋਠੀ ਚ ਬੰਦ ਕੈਦੀਆਂ ਨੂੰ ਇਹ ਸੋਚਣ ਦੀ ਵੇਲ ਨਹੀਂ ਸੀ ਮਿਲੀ ਕਿ ਉਹਨਾਂ ਦੇ ਮੁਸ਼ਕਤੀ ਦਾ ਪਛੋਕੜ ਕੀ ਹੈ ਉਹਨਾਂ ਲਈ ਬਸ ਇਨਾ ਕਾਫੀ ਸੀ ਕਿ ਉਹ ਭਲਾ ਮਾਨਸ ਹੈ ਉਹਨਾਂ ਦੀ ਦਿਲੋਂ ਸੇਵਾ ਕਰ ਰਿਹਾ ਹੈ ਜਦੋਂ ਵਿਧਾਇਕ ਨੂੰ ਪਤਾ ਲੱਗਾ ਉਹਨਾਂ ਦਾ ਮੁਸ਼ਕਤੀ ਅਤਵਾਦੀ ਹੈ ਤਾਂ ਉਹਦਾ ਦਿਲ ਧੜਕਣ ਲੱਗਾ ਕੋਈ ਇੱਕ ਸਿੰਘ ਕੋਲੋਂ ਜੁੱਤੀਆਂ ਪਾਲਿਸ਼ ਕਰਾਉਂਦਾ ਹੈ ਲੱਤਾਂ ਘਟਵਾਉਂਦਾ ਹੈ ਇਹ ਜਾਣ ਕੇ ਕੋਈ ਅਤਵਾਦੀ ਜਥੇਬੰਦੀ ਢੜਕ ਨਾ ਜਾਵੇ ਉਸ ਵਿਰੋਧ ਹੁਕਮਨਾਮਾ ਜਾਰੀ ਨਾ ਕਰ ਦੇਵੇ ਇਹ ਮੁੱਖ ਮੰਤਰੀ ਦੀ ਕੋਈ ਨਵੀਂ ਸ਼ਰਾਰਤ ਨਾ ਹੋਵੇ ਇਸ ਦੇ ਅਤਵਾਦੀਆਂ ਨਾਲ ਸੰਬੰਧ ਹਨ ਇਸ ਬਹਾਨੇ ਰਿਹਾਈ ਨਾ ਰੁਕਵਾਣੀ ਹੋਵੇ ਉਹਦੀ ਪੈਰਵੀ ਲੋਕ ਸੰਘਰਸ਼ ਸਮਤੀ ਨਾਂ ਦੀ ਕੋਈ ਸੰਸਥਾ ਕਰ ਰਹੀ ਹੈ ਵਿਧਾਇਕ ਨੂੰ ਜੇਲ੍ਹ ਅੰਦਰ 5 17 ਸਹੂਲਤਾਂ ਮਿਲਦੀਆਂ ਹਨ ਕਦੇ ਉਹਨੂੰ ਇਹ ਪਤਾ ਨਾ ਲੱਗ ਜਾਏ ਡਰਦੇ ਵਿਧਾਇਕ ਨੇ ਜੇਲ੍ਹ ਸੁਪਰਡੈਂਟ ਕੋਲ ਗਿਲਾ ਕੀਤਾ ਤੂੰ ਜਾਣਬੁੱਝ ਕੇ ਮੈਨੂੰ ਖਤਰੇ 'ਚ ਪਾਇਆ ਜੇਲ੍ਹ ਸੁਪਰਡੈਂਟ ਨੇ ਸੌਂਵਾਂ ਖਾਦੀਆਂ ਪਾਲਾ ਖਤਰਨਾਕ ਬੰਦਾ ਨਹੀਂ ਹੈ ਉਹ ਅਤਵਾਦੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਦੇ ਕੇਸ ਕੱਟੇ ਹੋਏ ਹਨ ਇਹਦਾ ਇਹੋ ਸਬੂਤ ਬਥੇਰਾ ਹੈ ਜੇ ਉਹ ਅਤਵਾਦੀ ਹੁੰਦਾ ਤਾਂ ਉਹਨੂੰ ਸਿੰਘਾਂ ਵਾਲੀ ਬੈਰਕ 'ਚ ਨਾ ਭੇਜਦੇ ਫਿਰ ਵੀ ਗੋਲੀ ਕਿ ਦੀ ਗਹਿਣੇ ਕਿ ਦੀ ਜੇ ਕੋਈ ਸ਼ੱਕ ਹੈ ਤਾਂ ਹੁਣ ਇਹਨੂੰ ਇੱਥੋਂ ਭਜਾ ਦਿੰਨੇ ਆ ਪਾਲੇ ਨੂੰ ਕਿਸ ਬੈਰਕ 'ਚ ਭੇਜਿਆ ਜਾਵੇ ਸੁਬਦਾਨ ਨੇ ਕੋਠੀ ਬੈਠੀ ਹਿਸਾਬ ਲਾ ਲਿਆ ਪਾਲੇ ਦੇ ਸਾਥੀ ਪੰਛੀਆਂ ਵਾਲੀ ਬੈਰਕ ਚ ਬੰਦ ਸਨ ਪਰ ਇਸ ਵਾਰ ਉਹਨੂੰ ਸਜ਼ਾ ਚੋਰੀ ਜਾਂ ਜੇਬਾ ਕੱਟਣ ਦੇ ਜੁਰਮ ਚ ਨਹੀਂ ਸੀ ਹੋਈ ਇਸ ਲਈ ਉਹਨੂੰ ਪੰਛੀਆਂ ਵਾਲੀ ਬੈਰਕ ਚ ਨਹੀਂ ਸੀ ਭੇਜਿਆ ਜਾ ਸਕਦਾ ਅਦਾਲਤ ਨੇ ਉਹਨੂੰ ਅਤਵਾਦੀ ਆਖਿਆ ਸੀ ਪਰ ਸਿੰਘਾਂ ਨੇ ਉਹਨੂੰ ਆਪਣੀ ਬੈਰਕ ਚ ਵੜਨ ਨਹੀਂ ਸੀ ਦੇਣਾ ਇਸ ਕਤਲ ਲਈ ਬਦਮਾਸ਼ਾਂ ਵਾਲੀ ਬੈਰਕ ਠੀਕ ਰਹਿਣੀ ਸੀ ਉਸੇ ਹੁਕਮ ਦੀ ਪਾਲਣਾ ਲਈ ਪਾਲਾ ਬਹਾਦਰਾਂ ਦੀ ਬੈਰਕ ਚ ਆ ਰਿਹਾ ਸੀ ਸੋਚ ਵਿਚਾਰ ਬਾਦ ਸੁੰਦਰ ਹੋਰਾਂ ਨੇ ਸਿੱਟਾ ਕੱਢਿਆ ਪਾਲੇ ਹੋਰਾਂ ਨੇ ਕਿਸੇ ਅਮੀਰ ਘਰ ਨਾਲ ਪੰਗਾ ਨਹੀਂ ਸੀ ਲਿਆ ਰਕਮ ਵੀ ਮਾਮੂਲੀ ਜੀ ਮੰਗੀ ਸੀ ਕਿਸੇ ਆਤਵਾਦੀ ਧੜੇ ਨੇ ਨਾ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਨਾ ਉਹਨਾਂ ਨੂੰ ਕਬੂਲਿਆ ਸੀ ਇਸ ਲਈ ਪਾਲਾ ਆਤਵਾਦੀ ਨਹੀਂ ਸੀ ਫਿਰ ਵੀ ਕੋਈ ਬਲਾ ਜ਼ਰੂਰ ਸੀ ਉਹਨਾਂ ਕਾਰਨ ਸ਼ਹਿਰ ਦੋ ਧੜਿਆਂ 'ਚ ਵੰਡ ਵੰਡਿਆ ਜਾ ਚੁੱਕਿਆ ਸੀ ਮੁਖ ਤੜਾ ਉਹਨਾਂ ਦੀ ਪਿੱਠ 'ਤੇ ਸੀ ਉਹਨਾਂ ਨੂੰ ਨਿਰਦੋਸ਼ ਸਿੱਧ ਕਰਨ ਲਈ ਸਿਰ ਤੋੜ ਯਤਨ ਕਰ ਰਿਹਾ ਸੀ ਸੁੰਦਰ ਹੋਰੀ ਦੁਚਿੱਤੀ 'ਚ ਪੈ ਗਏ ਸਮਝਣਾ ਯੂ ਪਾਲੇ ਨੂੰ ਬਹਾਦਰ ਮੰਨ ਕੇ ਉਹਦਾ ਸਵਾਗਤ ਕਰਨ ਜਾਂ ਚੋਰੋ ਚੱਕਾ ਸਮਝ ਕੇ ਉਹ ਤੋਂ ਵਗਾਰ ਲੈਣ ਬਹਾਦਰਾਂ ਵਿੱਚੋਂ ਸੁੰਦਰ ਸਭ ਤੋਂ ਵੱਧ ਚੁਸਤ ਚਲਾਕ ਸੀ ਉਸੇ ਦੀ ਡਿਊਟੀ ਲਈ ਗਈ ਉਹ ਪਾਲੇ ਨੂੰ ਪੈਰੋਂ ਕੱਢੇ ਇਹ ਬੈਰਕ ਛੋਟੀ ਸੀ ਕੈਦੀਆਂ ਦੀ ਗਿਣਤੀ ਵੀ ਥੋੜੀ ਸੀ ਖੁੱਡ ਲੱਭਣ 'ਚ ਪਾਲੇ ਨੂੰ ਕੋਈ ਦਿੱਕਤ ਪੇਸ਼ ਨਾ ਆਈ ਆਸਨ ਲਾਉਣ ਬਾਅਦ ਬੈਰਕ ਦਾ ਜਾਇਜ਼ਾ ਲੈਣ ਲਈ ਪਾਲੇ ਨੇ ਇੱਧਰ ਉੱਧਰ ਨਜ਼ਰ ਦੁੜਾਈ ਦੋਵੇਂ ਚਬੂਤਰੇ ਰੰਗ-ਬਰੰਗੇ ਵਿਛੌਣਿਆਂ ਨਾਲ ਢਕੇ ਹੋਏ ਸੀ ਜਿਵੇਂ ਕੋਈ ਗਲੀਚਾ ਵਿਛਿਆ ਹੋਵੇ ਸ਼ੈਲਫਾਂ 'ਤੇ ਕੀਮਤੀ ਸਮਾਨ ਨਾਲ ਤੁੰਗੀਆਂ ਹੋਈਆਂ ਸੀ ਇਹ ਸੁਖ-ਸਹੂਲਤਾਂ ਦੇਖ ਕੇ ਪਾਲੇ ਨੂੰ ਸੁੱਖ ਦਾ ਸਾਹ ਆਇਆ ਇਸ ਬੈਰਕ ਦੇ ਬਚਨ ਦੇ ਖਾਂਦੇ ਪਿੰਦੇ ਘਰਾਂ ਦੇ ਤੇ ਅਸਰ ਰਸੂਖ ਵਾਲੇ ਸਰ ਇੱਥੇ ਵੀ ਦਿਨ ਚੰਗੇ ਨਿਕਲ ਨਹੀਂ ਨਿਕਲਣਗੇ ਪਾਲੇ ਨੇ ਸੋਚਿਆ ਵੇਲਾ ਹੋ ਕੇ ਉਹਨੇ ਅੰਗੜਾਈ ਪੰਨੀ ਸੀ ਕਿ ਸੁੰਦਰ ਹੋਰਾਂ ਨੇ ਆ ਕੇ ਰਿਆ ਤੂੰ ਬਹਾਦਰ ਕਿਵੇਂ ਹੋਇਆ ਉਹ ਇੱਕ ਬੱਚੇ ਨੂੰ ਮਾਰਿਆ ਉਹ ਵੀ ਸਿਰਫ 5000 ਖਾਤਰ ਮੈਂ ਕਿਸੇ ਨੂੰ ਨਹੀਂ ਮਾਰਿਆ ਮੈਂ ਝੂਠਾ ਫਸਾਇਆ ਗਿਆ ਅਚਾਨਕ ਬਾਹੂ ਫੜ ਕੇ ਝੰੋੜੇ ਜਾਣ ਕਾਰਨ ਡਰੇ ਪਾਲੇ ਨੇ ਸਫਾਈ ਪੇਸ਼ ਕੀਤੀ ਮੈਂ ਕਤਲ ਨਹੀਂ ਕੀਤਾ ਮੈਂ ਬੇਕਸੂਰ ਹਾਂ ਬੇਵਕੂਫ ਇਹ ਪਾਠ ਵਕੀਲ ਅਦਾਲਤ ਵਿੱਚ ਸੁਣਾਉਣ ਲਈ ਪੜਾਉਂਦੇ ਆ ਹੁਣ ਤੂੰ ਅਦਾਲਤ ਵਿੱਚ ਨਹੀਂ ਜੇਲ੍ਹ ਚ ਖੜਾ ਹੈ ਇੱਥੇ ਹਰ ਕੋਈ ਸੱਚ ਬੋਲਦਾ ਹੈ ਸੱਚ ਬੋਲਣ ਤੇ ਦੁਬਾਰਾ ਸਜ਼ਾ ਨਹੀਂ ਹੋਣ ਲੱਗੀ ਤੇਰਾ ਡਰ ਦੂਰ ਕਰਨ ਲਈ ਪਹਿਲਾਂ ਮੈਂ ਤੈਨੂੰ ਆਪਣੇ ਕਾਰਨਾਮਿਆਂ ਬਾਰੇ ਦੱਸਾਂ ਹੁਣ ਤੱਕ ਮੈਂ ਤਿੰਨ ਕਤਲ ਕਰ ਚੁੱਕਾ ਦੋ ਦੀ ਅਜੇ ਤੱਕ ਮੁਸ਼ਕ ਨਹੀਂ ਨਿਕਲੀ ਤੀਜੇ 'ਚ ਫਸਿਆ ਆਖਦਾ ਸੁੰਦਰ ਆਪਣੀ ਬਹਾਦਰੀ ਦੇ ਕਿਸੇ ਸੁਣਾਉਣ ਲੱਗਾ ਸੁੰਦਰ ਨੇ ਪਹਿਲਾਂ ਕਤਲ ਇੱਕ ਸੇਠ ਦੇ ਸੁਪਾਰੀ ਲੈ ਕੇ ਕੀਤਾ ਸੀ ਸੇਠ ਨੇ ਆਪਣਾ ਸਾਡੂ ਮਰਵਾਇਆ ਸੀ ਦੋਹਾਂ ਦਾ ਵਪਾਰ ਸਾਂਝਾ ਸੀ ਵਪਾਰ 'ਚ ਚੰਗਾ ਪੈਸਾ ਬਣ ਗਿਆ ਸੀ ਦੋਹਾਂ ਨੂੰ ਵੱਧੂ ਪੈਸਾ ਹਜ਼ਮ ਕਰਨਾ ਔਖਾ ਹੋ ਰਿਹਾ ਸੀ ਦੋਹਾਂ ਵਿਚ ਤਕਰਾਰ ਰਹਿਣ ਲੱਗਾ ਤਕਰਾਰ ਵੱਧ ਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਂ ਤੱਕ ਪੁੱਜ ਗਿਆ ਇਸ ਤੋਂ ਪਹਿਲਾਂ ਕਿ ਦੂਜਾ ਪਹਿਲੇ ਦੀ ਜਾਨ ਲੈਂਦਾ ਪਹਿਲਾਂ ਪਹਿਲਾਂ ਸੁੰਦਰ ਦੀ ਸ਼ਰਨ ਆ ਗਿਆ ਕਿਸੇ ਨੂੰ ਅੱਜ ਤੱਕ ਪਤਾ ਨਹੀਂ ਲੱਗਾ ਸੀਵਰੇਜ ਦੇ ਗਟਰ ਚ ਸਾਡੂ ਅਚਾਨਕ ਡਿੱਗਾ ਸੀ ਜਾਂ ਕਿਸੇ ਨੇ ਡੇਗਿਆ ਸੀ ਦੂਜੇ ਕਤਲ ਦਾ ਪਿਛੋਕੜ ਵੀ ਪਹਿਲੇ ਵਰਗਾ ਸੀ ਉਥੇ ਝਗੜਾ ਮਾਲਕ ਤੇ ਕਿਰਾਏਦਾਰ ਵਿਚਕਾਰ ਸੀ 20 ਸਾਲ ਪਹਿਲਾਂ ਕਿਰਾਏਦਾਰ ਮਾਲਕ ਦਾ ਹੱਕਾ ਭਰਿਆ ਕਰਦਾ ਸੀ ਲੰਮੀ ਸੇਵਾ ਦਾ ਫਲ ਦੇਣ ਲਈ ਮਾਲਕ ਨੇ ਨੌਕਰ ਨੂੰ ਹੱੱਟੀ ਪਾਉਣ ਲਈ ਪੈਸਾ ਵੀ ਦਿੱਤਾ ਹੱੱਟੀ ਲਈ ਥਾਂ ਵੀ ਮਿਹਨਤੀ ਨੌਕਰ ਨੇ ਦਿਨਾਂ 'ਚ ਕੰਮ ਚਮਕਾ ਲਿਆ ਦੁਕਾਨ ਫੈਕਟਰੀ 'ਚ ਬਦਲ ਗਈ ਮਾਲਕਾਂ ਨੂੰ ਨੌਕਰ ਦੀ ਤਰੱਕੀ ਤੇ ਕੋਈ ਸਾੜਾ ਨਹੀਂ ਸੀ ਸਮੱਸਿਆ ਉਸ ਸਮੇਂ ਸ਼ੁਰੂ ਹੋਈ ਜਦੋਂ ਫੈਕਟਰੀ ਕੋਲ ਦੀ ਬਾਈਪਾਸ ਨਿਕਲਿਆ ਜ਼ਮੀਨ ਦਾ ਭਾਅ 100 ਗੁਣਾ ਵੱਧ ਗਿਆ ਗੱਡੀਆਂ ਦੇ ਸ਼ੋਅਰੂਮ ਇਸ ਇਸੇ ਬਾਈਪਾਸ ਤੇ ਖੁੱਲ ਗਏ ਟਾਟਾ ਕੰਪਨੀ ਵੱਲੋਂ ਮਾਲਕ ਦੇ ਮੁੰਡਿਆਂ ਨੂੰ ਪੇਸ਼ਕਸ਼ ਹੋਈ ਕੰਪਨੀ ਨੂੰ ਜਗ੍ਹਾ ਪਸੰਦ ਹੈ ਕਿ ਫੈਕਟਰੀ ਵਾਲੀ ਥਾਂ ਖਾਲੀ ਕਰਵਾ ਕੇ ਉੱਥੇ ਵੱਡਾ ਸ਼ੋਰੂਮ ਬਣਾ ਦਿੱਤਾ ਜਾਏ ਤਾਂ ਕੰਪਨੀ ਮਾਲਕਾਂ ਨੂੰ ਤਿੰਨ ਜ਼ਿਲ੍ਹਿਆਂ ਦਾ ਡਿਸਟ੍ਰੀਬਿਊਟਰ ਬਣਾ ਸਕਦੀ ਹੈ। ਮੁੰਡਿਆਂ ਦੇ ਮੂੰਹ 'ਚ ਪਾਣੀ ਆ ਗਿਆ ਕੰਪਨੀ ਦਾ ਨਾਮ ਵਿਕਦਾ ਸੀ ਦਿਨ 'ਚ ਤਿੰਨ ਤਿੰਨ ਚਾਰ ਚਾਰ ਗੱਡੀਆਂ ਵਿਕਦੀਆਂ ਸੀ। ਗੱਡੀ ਤੇ ਬੈਠੇ ਬਿਠਾਏ ਲੱਖਾਂ ਰੁਪਇਆ ਬਣਨਾ ਸੀ ਤੇ ਪੁਰਾਣੀ ਆਹਸਾਨ ਦੀ। ਯਾਦ ਦਿਵਾ ਕੇ ਉਹ ਨੌਕਰ ਨੂੰ ਥਾਂ ਖਾਲੀ ਕਰਨ ਲਈ ਪ੍ਰੇਰਣ ਲੱਗੇ। ਨੌਕਰ ਦਾ ਨੁਕਸਾਨ ਨਾ ਹੋਵੇ ਇਸ ਲਈ ਫੈਕਟਰੀ ਜਿੰਨੀ ਥਾਂ ਕਿਧਰੇ ਹੋਰ ਖਰੀਦ ਕੇ ਦੇਣ ਦੀ ਪੇਸ਼ਕਸ਼ ਕਰਨ ਲੱਗੇ ਪਰ ਕਰਿੰਦਾ ਕਿਸੇ ਤਰ੍ਹਾਂ ਲੋਟ ਨਾ ਆਇਆ ਅਖੀਰ ਮਾਲਕਾਂ ਨੇ ਨੂੰ ਕੋੜਾ ਕੁੱਟ ਭਰਨਾ ਪਿਆ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਉਸ ਉੱਪਰ ਟਰੱਕ ਅਚਾਨਕ ਆ ਚੜਿਆ ਸੀ ਜਾਂ ਕਿਸੇ ਨੇ ਜਾਣ ਬੁੱਝ ਕੇ ਚੜਾਇਆ ਸੀ ਜਦੋਂ ਸੁੰਦਰ ਫਸਣ ਤੇ ਆਇਆ ਤੇ ਉੰਜੀ ਫਸ ਗਿਆ ਕੈਨੇਡਾ ਤੋਂ ਆਈ ਇੱਕ ਕੁੜੀ ਨੇ ਪਿੰਡ ਦੇ ਮੁੰਡੇ ਨਾਲ ਇਸ਼ਕ ਪੇਚੇ ਪਾ ਲਏ ਕੁੜੀ ਨੂੰ ਸੈਰ ਕਰਾਉਣ ਲਈ ਰਿਸ਼ਤੇਦਾਰਾਂ ਨੇ ਇੱਕ ਮਹੀਨੇ ਲਈ ਟੈਕਸੀ ਕਰਾ ਦਿੱਤੀ ਮੁੰਡਾ ਟੈਕਸੀ ਡਰਾਈਵਰ ਸੀ ਕੁੜੀ ਨੂੰ ਮੁੰਡੇ ਦੀ ਜਿੰਦਾਦਿਲੀ ਪਸੰਦ ਆ ਗਈ ਉਹਨੇ ਕੈਨੇਡਾ ਦੀਆਂ ਰੰਗინੀਆਂ ਨੂੰ ਭੁਲਾ ਕੇ ਮੁੰਡੇ ਨਾਲ ਵਿਆਹ ਕਰਾ ਲਿਆ। ਕੈਨੇਡਾ ਬੈਠੇ ਕੁੜੀ ਦੇ ਮਾਪਿਆਂ ਨੂੰ ਕੁੜੀ ਦੇ ਇਸ ਕਾਰਨਾਮੇ ਤੇ ਨਮੋਸ਼ੀ ਹੋਈ। ਉੱਥੇ ਬੈਠੇ ਇੱਧਰ ਲਈ ਰਿਸ਼ਤੇਦਾਰਾਂ ਰਹੀ ਉਹਨਾਂ ਨੇ ਮੁੰਡੇ ਵਿਰੁੱਧ ਕੁੜੀ ਨੂੰ ਵਰਗ ਲਾਉਣ ਤੇ ਵਿਆਹ ਕਰਾਉਣ ਲਈ ਉਕਸਾਉਣ ਦਾ ਮੁਕੱਦਮਾ ਦਰਜ ਕਰਾਤਾ। ਕੁੜੀ ਨੇ ਮਾਪਿਆਂ ਦੀ ਯੋਜਨਾ ਸਿਰੇ ਨਾ ਚੜੰਨ ਦਿੱਤੀ। ਕਚਹਿਰੀ ਆ ਕੇ ਉਹਨੇ ਬਿਆਨ ਦਿੱਤਾ ਮੈਂ ਮਰਜ਼ੀ ਨਾਲ ਮੁੰਡੇ ਨਾਲ ਵਿਆਹ ਕਰਾਇਆ। ਵਦੇਸ਼ੀ ਕੁੜੀ ਦੇ ਬਿਆਨਾਂ ਨੂੰ ਨਜ਼ਰ ਅੰਦਾਜ਼ ਕਰਨਾ ਜੱਜ ਲਈ ਔਖਾ ਹੋ ਗਿਆ। ਮੁਕੱਦਮਾ ਖਾਰਜ ਹੋ ਗਿਆ। ਮੁੰਡੇ ਕੁੜੀ ਦੇ ਰਿਸ਼ਤੇ ਤੇ ਕਾਨੂੰਨ ਦੀ ਮੋਹਰ ਲੱਗ ਗਈ। ਕੁੜੀ ਦੇ ਮਾਪਿਆਂ ਦੇ ਸੱਤੀ ਕਪੜੀ ਅੱਗ ਲੱਗ ਗਈ। ਬਦਲਾ ਲੈਣ ਲਈ ਉਹਨਾਂ ਨੇ ਸੁੰਦਰ ਨਾਲ ਸੰਪਰਕ ਕੀਤਾ। ਦੋ ਕਤਲ ਕਰਨ ਕਾਰਨ ਸੁੰਦਰ ਦੇ ਹੌਸਲੇ ਬੁਲੰਦ ਸੀ। ਮੋਟੀ ਰਕਮ ਲੈ ਕੇ ਉਹਨੇ ਤੀਜਾ ਵੀ ਖੂਨ ਕਰ ਦਿੱਤਾ। ਇਧਰਲੀ ਪੁਲਿਸ ਨੇ ਮਾਮਲਾ ਰਫਾ-ਦਫਾ ਕਰ ਦਿੱਤਾ। ਪਰ ਕੈਨੇਡਾ ਸਰਕਾਰ ਦੀ ਪੈਰਵੀ ਕਾਰਨ ਪੁਲਿਸ ਨੂੰ ਕਾਤਲ ਦਾ ਖੁਰਾ ਲੱਭਣਾ ਪਿਆ। ਪੈਡ ਦੱਬਦੀ ਦੱਬਦੀ ਪੁਲਿਸ ਸੁੰਦਰ ਤੱਕ ਪੜ ਗਈ ਪਰ ਉਹਨੂੰ ਕੋਈ ਪਛਤਾਵਾ ਨਹੀਂ ਸੀ ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ ਅਖੀਰ ਉਹਨੇ ਬਰੀ ਹੋ ਜਾਣਾ ਸੀ ਬਾਹਰ ਆ ਕੇ ਫਿਰ ਇਹੋ ਕਾਰਈ ਕਰਨੀ ਸੀ ਲੈ ਮੈਂ ਤਿੰਨ ਕਤਲਾਂ ਦਾ ਜੁਰਮ ਕਬੂਲ ਕਰ ਲਿਆ ਜਿਨੇ ਮੇਰਾ ਫੰਨੂ ਪੋਟਣਾ ਪਟ ਲਵੇ ਸੁੰਦਰ ਨੇ ਇੱਕ ਥਾਪੜ ਕੇ ਆਖਿਆ ਇਕੱਲਾ ਮੈਂ ਹੀ ਨਹੀਂ ਇੱਥੇ ਸਭ ਆਪਣੀ ਬਹਾਦਰੀ ਦੇ ਕisse ਸੁਣਾਉਂਦੇ ਐ ਲੈ ਇਹਨਾਂ ਦੇ ਮੂੰਹ ਹੀ ਸੁਣ ਕੇ ਨੇ ਕੀ ਚੰਨ ਚਾੜਿਆ ਸੀਤਲ ਸਿੰਘ ਨੇ 20 ਸਾਲਾਂ ਬਾਅਦ ਆਪਣੇ ਬਾਪ ਦੇ ਕਾਤਲਾਂ ਨੂੰ ਭਾਜੀ ਮੋੜੀ ਸੀ ਜਦੋਂ ਦਾ ਉਹ ਜੇਲ੍ਹ ਆਇਆ ਉਹਦਾ ਸੇਰ ਖੂਨ ਵਧ ਗਿਆ ਉਹਦੇ ਬੁੱਢੇ ਦਾਦੇ ਤੇ ਵਿਧਵਾ ਮਾਂ ਦਾ ਵੀ ਧਰਤੀ ਤੇ ਪੱਬ ਨਹੀਂ ਲੱਗਦਾ ਜੇਲ੍ਹ ਚ ਸੀਤਲ ਤੇ ਪਿੰਡ ਚ ਦਾਦਾ ਹੁ ਬਹੁਬ ਸੀਤਲ ਦੇ ਕਾਰਨਾਮੇ ਸੁਣਾਉਂਦੇ ਆ ਨਿਰੰਜਨ ਨੇ ਲੋਕ ਭਲਾਈ ਦਾ ਕੰਮ ਕੀਤਾ ਸੀ ਆਪਣੇ ਪਿੰਡ ਦੇ ਬਦਮਾਸ਼ ਨੂੰ ਸੱਤ ਵਿੱਚ ਢਾ ਕੇ ਪਹਿਲਾਂ ਉਹਦੇ ਮੂੰਹ ਚ ਪਸ਼ਾਬ ਕੀਤਾ ਦਾੜੀ ਮੁੰਨੀ ਫਿਰ ਡੱਕਰੇ ਕੀਤੇ ਬਦਮਾਸ਼ ਨੇ 10 ਸਾਲ ਤੋਂ ਅਤ ਚੁੱਕੀ ਹੋਈ ਸੀ ਦੀ ਭੈਣ ਦਾ ਬਾਹਰ ਨਿਕਲਣਾ ਦੁੱਬਰ ਹੋਇਆ ਪਿਆ ਸੀ ਬਦਮਾਸ਼ ਤੇ ਕਤਲ ਵਾਲੀ ਰਾਤ ਸਾਰੇ ਪਿੰਡ ਚ ਦੀਪਮਾਲਾ ਹੋਈ ਹੁਣ ਪੇਸ਼ੀ ਵਾਲੇ ਦਿਨ ਸਾਰਾ ਪਿੰਡ ਸੀਤਲ ਨੂੰ ਮਿਲਣ ਕਚੈਰੀ ਆਉਂਦਾ ਓਦੀ ਬਹਾਦਰੀ ਦੇ ਸੋਹਲੇ ਆਉਂਦਾ ਪਿੰਡ ਦੇ ਏਕੇ ਤੋਂ ਡਰ ਕੇ ਚਸ਼ਮਦੀਦ ਗਵਾਹਾਂ ਨੇ ਪੁਲਿਸ ਅਨੁਸਾਰ ਬਿਆਨ ਦੇਣੋਂ ਨਾ ਕਰ ਦਿੱਤੀ ਹੈ ਕਿਸੇ ਵੀ ਦਿਨ ਉਹ ਬਰੀ ਹੋ ਸਕਦਾ ਹੈ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਨਿਰੰਜਨ ਨੂੰ ਉਹ ਜਲੂਸ ਦੀ ਸ਼ਕਲ ਚ ਪਿੰਡ ਲੈ ਜਾਣਗੇ ਅਗਲੀ ਵਾਰ ਸਰਬਸੰਮਤੀ ਨਾਲ ਸਰਪੰਚ ਚੁਣਨਗੇ ਨਰਿੰਦਰ ਨੂੰ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਹੈ ਅਵਤਾਰ ਨੇ ਆਪਣੀ ਨਾਨੀ ਦਾ ਫਾਹਾ ਵੱਢਿਆ ਸੀ ਉਹਦਾ ਕੋਈ ਮਾਮਾ ਨਹੀਂ ਹੈ ਵੱਡੀ ਮਾਸੀ ਨੇ ਨਾਨੀ ਹੱਥੇ ਚੜਾ ਰੱਖੀ ਸੀ ਦਸੇ ਕਿਲੇ ਆਪਣੇ ਨਾਂ ਕਰਾਉਣ ਨੂੰ ਫਿਰਦੀ ਸੀ ਉੜਦੀ ਉੜਦੀ ਖਬਰ ਅਵਤਾਰ ਨੂੰ ਮਿਲ ਗਈ ਮਾਸੀ ਨੇ ਤਹਿਸੀਲ ਜਾ ਕੇ ਪੱਕੀ ਵਿਸੀਅਤ ਕਰਵਾ ਲਈ ਹੈ ਜੇ ਸੱਚ ਹੋਇਆ ਤਾਂ ਅਵਤਾਰ ਹੋਰਾਂ ਦੀ ਜ਼ਿੰਦਗੀ ਨਰਕ ਬਣ ਜਾਏਗੀ ਅਵਤਾਰ ਦੇ ਬਾਪ ਹਿੱਸੇ ਮਸਾਂ ਦੋ ਕਿਲੇ ਜ਼ਮੀਨ ਆਉਂਦੀ ਸੀ ਅਵਤਾਰ ਨੂੰ ਰਿਸ਼ਤਾ ਨਾਨਕਿਆਂ ਵੱਲੋਂ ਆਉਣ ਵਾਲੀ ਜ਼ਮੀਨ ਦੇ ਸਿਰ ਤੇ ਹੋਇਆ ਸੀ ਜੇ ਜ਼ਮੀਨ ਹੱਥੋਂ ਖੁੱਸ ਗਈ ਤਾਂ ਅਵਤਾਰ ਦੇ ਬਾਕੀ ਭੈਣ ਭਰਾ ਕੁਆਰੇ ਰਹਿ ਜਾਣਗੇ ਮਾਂ ਬਾਪ ਦੀ ਹਲਾਸ਼ੇਰੀ ਮਿਲਣ ਬਾਅਦ ਮਿਲਣ ਦੇ ਬਹਾਨੇ ਮਾਸੀ ਕੋਲ ਗਿਆ ਅਵਤਾਰ ਬੁੱਢੀ ਨੂੰ ਜ਼ਬਰਦਸਤੀ ਘਾਰ ਚ ਸੁੱਟ ਲਿਆਇਆ ਸੀ ਆਪਣੀ ਮਾਂ ਦੇ ਨਾਮ ਸਾਰੀ ਜ਼ਮੀਨ ਦੀ ਰਜਿਸਟਰੀ ਕਰਾ ਕੇ ਉਹਨੇ ਬੁੱਢੀ ਦਾ ਗਲਾ ਘੁੱਟ ਦਿੱਤਾ ਸੀ ਤੇ ਮਾਸੀ ਦੇ ਆਉਣ ਤੱਕ ਬੁੱਢੀ ਦਾ ਸੰਸਕਾਰ ਹੋ ਚੁੱਕਾ ਸੀ ਅਵਤਾਰ ਦੇ ਵਿਰੁੱਧ ਕਤਲ ਦਾ ਮੁਕੱਦਮਾ ਤਾਂ ਦਰਜ ਹੋਇਆ ਪਰ ਕੀ ਬੁੜੀ ਦਾ ਸੱਚਮੁੱਚ ਕਤਲ ਹੋਇਆ ਇਹਦਾ ਕੋਈ ਸਬੂਤ ਨਹੀਂ ਵਕੀਲਾ ਨੇ ਮਾਸੀ ਨੂੰ ਸਮਝਾਇਆ ਚਸ਼ਮਦੀਦ ਗਵਾਹਾਂ ਦੀ ਅਣਹੋਂਦ ਕਾਰਨ ਅਵਤਾਰ ਨੇ ਦੇਰ ਸਵੇਰ ਬਰੀ ਹੋਣਾ ਦੋ ਚਾਰ ਕਿਲੇ ਜ਼ਮੀਨ ਮਿਲਦੀ ਹੋਵੇ ਤਾਂ ਸਮਝੌਤਾ ਕਰ ਲੈਣ ਚ ਭਲਾ ਜੜੇ ਠਾਈ ਮਾਸੀ 3 ਕਿਲੇ ਲੈ ਕੇ ਘਰ ਬੈਠ ਗਈ ਇੱਕ ਕਿਲਾ ਮੁਕੱਦਮੇ ਤੇ ਲੱਗ ਗਿਆ 6 ਕਿਲੇ ਬਚ ਰਹਿਣ ਕਾਰਨ ਸਾਰਾ ਟੱਬਰ ਅਵਤਾਰ ਦੇ ਪੈਰ ਧੋਤੋ ਪਿੰਦੇ ਜੇ ਜਾਰੀ ਚੋ ਵੀ ਆਖੇਗਾ ਮੈਂ ਬੁੜੀ ਨਹੀਂ ਮਾਰੀ ਇੱਥੇ ਭਾਈਚਾਰੇ ਚੋ ਆਪਣੇ ਜੁਰਮ ਦਾ ਇਕਬਾਲ ਹਿੱਕ ਤਾਣ ਕੇ ਕਰਦਾ ਰਹਿਮਾਨ ਹੋਰਾਂ ਨੂੰ ਦੋਹਰੇ ਕਤਲ ਤੇ ਕੋਈ ਪਛਤਾਵਾ ਨਹੀਂ ਅਹਿਮਦੀਏ ਮੁਸਲਮਾਨਾਂ ਦਾ ਬੋਲਬਾਲਾ ਵੱਧਾ ਜਾ ਰਿਹਾ ਸੀ ਦਿਨਾਂ ਚ ਉਹਨਾਂ ਨੇ ਇਸ ਇਲਾਕੇ ਚ ਦੋ ਮਸਜਿਦਾਂ ਤਿੰਨ ਮਦਰੱਸੇ ਉਸਾਰ ਲਏ ਸੀ ਉਹਨਾਂ ਦੇ ਪੈਰੋਕਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਰਹਿਮਾਨ ਹੋਰਾਂ ਲਈ ਅਹਿਮਦੀਏ ਕਾਲੇ ਨਾਗਾ ਵਾਂਗ ਖਤਰਨਾਕ ਸਨ ਉਹਨਾਂ ਦਾ ਅਮਾਮ ਸਪੋਲੀਆਂ ਦੇ ਸਿਰ ਜਲਦੀ ਤੋਂ ਜਲਦੀ ਕਲਮ ਕਰਨ ਲਈ ਆਖਦਾ ਸੀ ਮੌਕਾ ਤਾੜ ਕੇ ਉਹਨਾਂ ਨੇ ਦੋ ਸਪੋਲਿਏ ਮਸੀਤ ਚੋਂ ਚੁੱਕ ਲਿਆ ਦੇ ਕੁੱਟ-ਕੁੱਟ ਉਹਨਾਂ ਨੂੰ ਦੋਸਤ ਪਹੁੰਚਾਤਾ ਰਹਿਮਾਨ ਦੇ ਨਾਲ-ਨਾਲ ਉਹਨਾਂ ਦੀ ਜਮਾਤ ਨੂੰ ਉਹਨਾਂ ਦੇ ਇਸ ਕਾਰਨਾਮੇ ਤੇ ਫਖਰ ਹੈ ਜੁਮੇ ਦੀ ਨਮਾਜ਼ ਵਾਲੇ ਦਿਨ ਉਹਨਾਂ ਦੀ ਬਹਾਦਰੀ ਦਾ ਗੁਣगान ਹੁੰਦਾ ਹੈ ਹੋਰ ਨੌਜਵਾਨਾਂ ਦੀ ਉਪਰੇਰਣਾ ਸਰੋਤ ਹਨ ਕੰਜਰਾ ਹੁਣ ਤਾਂ ਮੰਨ ਜਾ ਵੀ ਕਤਲ ਕੀਤਾ ਅਸੀਂ ਤੈਨੂੰ ਬਹਾਦਰ ਮੰਨੀਏ ਤੇ ਆਪਣੇ ਭਾਈਚਾਰੇ ਚ ਸ਼ਾਮਲ ਕਰ ਲਈਏ ਸੱਚ ਨੂੰ ਗੁਲਾਣ ਲਈ ਸੁੰਦਰ ਹਰਹੀਲਾ ਵਰਤ ਰਿਹਾ ਸੀ ਮੈਂ ਸੱਚ ਕਹਿਣਾ ਬਾਜੀ ਮੈਂ ਕਤਲ ਨਹੀਂ ਕੀਤਾ ਪਹਿਲਾਂ ਮੈਂ ਛੋਟੇ-ਮੋਟੇ ਜੁਰਮ ਕਰਦਾ ਹੁੰਦਾ ਸੀ ਹੁਣ ਉਹ ਵੀ ਛੱਡੇ ਹੋਏ ਐ ਨਹੀਂ ਕੀਤਾ ਤਾਂ ਹੁਣ ਕਰ ਛੋਟੇ-ਮੋਟੇ ਜੁਰਮਾਂ 'ਚ ਕੁਛ ਨਹੀਂ ਪਿਆ ਵੱਡੇ ਜੁਰਮ ਕਰਕੇ ਵੱਡੀਆਂ ਰਕਮਾਂ ਵਸੂਲ ਤੂੰ ਮੇਰੀ ਟਾਣੀ 'ਚ ਰਲ ਜਾ ਬਿਨਾਂ ਕਤਲ ਕੀਤੇਆਂ ਤੈਨੂੰ ਸਜ਼ਾ ਹੋ ਗਈ ਫੇਰ ਦੇਖੀ ਭਾਰੀ ਸਾਥ 'ਚ ਕਤਲ ਕਰਕੇ ਵੀ ਬਰੀ ਹੋਏਗਾ ਲਿਆ ਕੱਢ ਹੱਥ ਪਾਲਾ ਸੁੰਦਰ ਨਾਲ ਹੱਥ ਮਿਲਾਉਣ ਦੇ ਹੱਕ 'ਚ ਨਹੀਂ ਸੀ ਨਾ ਕਰਕੇ ਮਗਰਮੱਥ ਨਾਲ ਦੁਸ਼ਮਣੀ ਵੀ ਮੁੱਲ ਨਹੀਂ ਸੀ ਲਈ ਜਾ ਸਕਦੀ ਪਾਲੇ ਨੇ ਚੁੱਪ ਵੱਟ ਲਈ ਸੁੰਦਰ ਨੇ ਵੀ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀ ਝਟ ਤੜ ਗਿਆ ਪਾਲਾ ਸਧਾਰਨ ਬੰਦਾ ਨਹੀਂ ਹੈ ਗੁੱਝਿਸ਼ ਹੈ ਤਾਂ ਹੀ ਕਈ ਕਈ ਟੜਿਆਂ ਨਾਲ ਪਿੱਠ ਜੋੜੀ ਫਿਰਦਾ ਹਾਲ ਦੀ ਘੜੀ ਸੁੰਦਰ ਨੂੰ ਚੁੱਪ ਰਹਿਣ ਦੀ ਭਲਾਈ ਲੱਗੀ ਚੰਗਾ ਸੋਚ ਕੇ ਦਸੀ ਆਖ ਕੇ ਸੁੰਦਰ ਨੇ ਦੜਵਟ ਲਈ ਅੰਗਵੀਮ ਬੰਟੀ ਦੇ ਅਸਲ ਕਾਤਲਾਂ ਦੇ ਨਾਂ ਜੱਗਰ ਹੋ ਚੁੱਕੇ ਸਨ ਸਮਤੀ ਨੇ ਹਰਮਨਬੀਰ ਹੋਰਾਂ ਵਿਰੁੱਧ ਜੋ ਸਬੂਤ ਇਕੱਠੇ ਕੀਤੇ ਸੀ ਉਹ ਲੋਕਾਂ ਸਾਹਮਣੇ ਪੇਸ਼ ਹੋ ਚੁੱਕੇ ਸੀ ਅਸਲ ਮੁਲਜ਼ਮਾਂ ਨੂੰ ਫੜਨ ਦੀ ਮੰਗ ਤੇਜ਼ ਹੋ ਰਹੀ ਸੀ ਦਿਨੋਂ ਦਿਨ ਸਮਤੀ ਨਾਲ ਸਹਿਮਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਲੋਕਾਂ 'ਚ ਇੱਕ ਧਾਰਨਾ ਬਣਨ ਲੱਗੀ ਇੱਕ ਦਿਨ ਪੁਲਿਸ ਨੂੰ ਅਸਲ ਦੋਸ਼ੀਆਂ ਨੂੰ ਫੜਨਾ ਪੈਣਾ ਹੈ ਅਦਾਲਤ ਨੂੰ ਪਾਲੇ ਮੀਤੇ ਨੂੰ ਬਰੀ ਕਰਨਾ ਪੈਣਾ ਹੈ ਫਿਰ ਸਮਤੀ ਵਾਲਿਆਂ ਨੇ ਉਹਨਾਂ ਵਿਰੁੱਧ ਭੁਗਤੇ ਗਵਾਹਾਂ ਨੂੰ ਕਟਹਿਰੇ 'ਚ ਖੜੇ ਕਰਨਾ ਹੈ ਜਿਹੜੇ ਗਵਾਹਾਂ ਨੇ ਯੁਵਾ ਸੰਗ ਦੀ ਪ੍ਰੇਰਣਾ ਤੇ ਪੁਲਿਸ ਦੇ ਦਬਾਅ ਹੇਠ ਆ ਕੇ ਗਵਾਹੀ ਦਿੱਤੀ ਸੀ ਉਹਨਾਂ ਨੂੰ ਭਾਜਣਾ ਪੈ ਗਈ ਸਮਤੀ ਇੱਕ ਸ਼ਰਤ ਤੇ ਝੂਠ ਬੋਲਣ ਵਾਲੇ ਗਵਾਹਾਂ ਦੀ ਭੁੱਲ ਬਖਸ਼ਣ ਲਈ ਤਿਆਰ ਸੀ ਉਹ ਆਪਣੀ ਗਲਤੀ ਮੰਨਣ ਤੇ ਝੂਠ ਬੋਲਣ ਦਾ ਇਕਬਾਲ ਕਰਕੇ ਸਮਤੀ ਨੂੰ ਹਲਫੀਆ ਬਿਆਨ ਦੇਣ ਸਮਤੀ ਦੀ ਨੀਤੀ ਸਪਸ਼ਟ ਸੀ ਉਹਨਾਂ ਦੀ ਲੜਾਈ ਕਿਸੇ ਵਿਅਕਤੀ ਨਾਲ ਨਹੀਂ ਪ੍ਰਬੰਧ ਨਾਲ ਸੀ ਯੁਵਾ ਸੰਗ ਤੇ ਉਹਦੇ ਵਕੀਲ ਗਵਾਹਾਂ ਨੂੰ ਅਜਿਆ ਕਰਨ ਤੋਂ ਰੋਕ ਰਹੇ ਸਨ ਨਾਲੇ ਡਰ ਰਹੇ ਸਨ ਅਦਾਲਤ ਵੱਲੋਂ ਤੁਹਾਡੇ ਬਿਆਨਾਂ ਨੂੰ ਸੱਚ ਮੰਨਿਆ ਜਾ ਚੁੱਕਾ ਹੈ ਤੁਹਾਡੇ ਬਿਆਨਾਂ ਦੇ ਆਧਾਰ ਤੇ ਮੁਲਜ਼ਮਾ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਪਾਲੇ ਮਿੱਤੇ ਨੂੰ ਬਚਾਉਣ ਲਈ ਸੰਤੀ ਨੇ ਝੂਠੀ ਕਹਾਣੀ ਕਢੀ ਹੈ। ਬੰਟੀ ਤੋਂ ਪਹਿਲਾਂ ਨਾ ਕੋਈ ਬੱਚਾ ਅਗਵਾ ਹੋਇਆ ਸੀ ਨਾ ਕਿਸੇ ਨੇ ਫਰੋਤ ਹੀ ਦਿੱਤੀ ਸੀ। ਬੈਂਕ ਮੈਨੇਜਰ ਤੇ ਸ਼ੰਕਰਦਾਸ 2 ਸਾਲ ਚੁੱਪ ਕਿਉਂ ਰਹੇ? ਸੱਚ ਇਹ ਹੈ ਕਿ ਨਸ਼ਿਆਂ ਦੀ ਟੋਟ ਕਾਰਨ ਡਰਾਈਵਰ ਤੜਪ ਰਿਹਾ ਹੈ। ਉਹਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਸੰਤੀ ਨੇ ਉਹਨੂੰ ਖਰੀਦ ਲਿਆ। ਉਸ ਕੋਲੋਂ ਪਿਛਲੀਆਂ ਤਰੀਕਾਂ 'ਚ ਧਮਕੀ ਪੱਤਰ ਲਿਖਵਾ ਲਏ। ਪੈਸੇ ਵਟੋਰਨ ਲਈ ਸ਼ਹਿਰ ਦੇ ਸਭ ਤੋਂ ਅਮੀਰ ਬੰਦੇ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਸਰਕਾਰ ਸਮਤੀ ਦੀਆਂ ਬਾਂਦਰਕੁਰਕੀਆਂ ਤੋਂ ਡਰਨ ਵਾਲੀ ਨਹੀਂ ਸਮਤੀ ਦੀਆਂ ਗੱਲਾਂ ਚਾਕੇ ਕਿਦਰੀ ਹਲਕੀਆ ਬਿਆਨ ਨਾ ਦੇ ਦੇ ਆਪਣੇ ਲਈ ਆਪ ਹੀ ਫਾਂਸੀ ਦਾ ਫੰਦਾ ਤਿਆਰ ਨਾ ਕਰ ਲੈਣਾ ਘਬਰਾਏ ਗਵਾਹਾਂ ਨੂੰ ਸਮਝ ਨਹੀਂ ਸੀ ਆ ਰਹੀ ਉਹ ਕਿਸ ਧਿਰ ਨਾਲ ਖੜੋ ਪੁਲਿਸ ਨੇ ਪਾਲੇ ਮੀਤੇ ਨੂੰ ਦੋਸ਼ੀ ਸਿੱਧ ਕਰਨ ਲਈ ਬਹੁਤ ਗਵਾਹਾਂ ਦੇ ਬਿਆਨ ਲਿਖੇ ਸੀ ਉਹਨਾਂ ਵਿੱਚੋਂ ਬਹੁਤੇ ਪਹਿਲਾਂ ਹੀ ਸੱਚ ਬੋਲ ਗਏ ਉਹਨਾਂ ਨੇ ਇੱਕ ਠੋਕ ਕੇ ਆਖਿਆ ਇਸ ਵਾਰ ਦਾ ਪਾਲੇ ਮੀਤੇ ਦਾ ਹੱਥ ਨਹੀਂ ਹੈ ਚਾਰ ਗਵਾਹ ਨੇ ਗવાહી ਪੁਲਿਸ ਮੁਤਾਬਕ ਦਿੱਤੀ ਸੀ ਰਾਮ ਸਰੂਪ ਦਾ ਬਿਆਨ ਸੀ ਪੁਲਿਸ ਨੇ ਦੋਹਾਂ ਦੋਸ਼ੀਆਂ ਕੋਲੋਂ ਉਹਦੇ ਸਾਹਮਣੇ ਪੁੱਛਗਿੱਛ ਕੀਤੀ ਸੀ ਦੋਹਾਂ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ ਸੀ ਉਹਦੇ ਸਾਹਮਣੇ ਮੀਤੇ ਨੇ ਪੁਲਿਸ ਨੂੰ ਖੰਡਰਾਂਚ ਲਿਜਾ ਕੇ ਉਹ ਰੌਡ ਬਰਾਮਦ ਕਰਾਈ ਸੀ ਜਿਸ ਨਾਲ ਉਹਨਾਂ ਨੇ ਬੰਟੀ ਦਾ ਕਤਲ ਕੀਤਾ ਸੀ ਪਾਲੇ ਨੇ ਆਪਣੇ ਘਰੋਂ ਵਰਦੀ ਬਰਾਮਦ ਕਰਾਈ ਜਿਹੜੀ ਅਗਵਾ ਹੋਣ ਸਮੇਂ ਬੰਟੀ ਨੇ ਪਹਿਨੀ ਹੋਈ ਸੀ ਦੇਸ ਰਾਜ ਦੀ ਭਾਂਡਿਆਂ ਦੀ ਦੁਕਾਨ ਸੀ ਦੁਕਾਨ ਤੇ ਉਹ ਟੁੱਟ-ਫੁੱਟ ਵੀ ਖਰੀਦਾ ਸੀ ਪੱਲਾ ਸਕੂਲ ਚੋਰੀ ਦਾ ਮਾਲ ਵੇਚਿਆ ਕਰਦਾ ਸੀ ਇਸ ਲਈ ਉਹ ਉਹਨੂੰ ਪਹਿਲਾਂ ਤੋਂ ਜਾਣਦਾ ਸੀ ਲਾਲਾ ਜੀ ਦੇ ਘਰ ਅੱਗੇ ਰੱਖੇ ਜਿਸ ਟੋਪੀਏ ਹਿੱਟੋਂ ਧਮਕੀ ਪੱਤਰ ਮਿਲਿਆ ਸੀ ਉਸੇ ਦੀ ਦੁਕਾਨ ਤੋਂ ਵਿਕਿਆ ਸੀ ਟੋਪੀਆ ਪਾਲੇ ਨੇ 2 ਦਿਨ ਪਹਿਲਾਂ ਖਰੀਦਿਆ ਸੀ ਉੱਪਰ ਆਪਣਾ ਨਾਂ ਖੁਦਵਾਇਆ ਸੀ ਇਸ ਢੰਗ ਨਾਲ ਦੇਸ ਰਾਜ ਨੇ ਪਾਲੇ ਨੂੰ ਇਸ ਵਾਰਦਾਤ ਨਾਲ ਜੋੜਿਆ ਸੀ ਤੀਜਾ ਗਵਾਹ ਕਮਲਾ ਪ੍ਰਿੰਟਿੰਗ ਪ੍ਰੈਸ ਦਾ ਮਾਲਕ ਕਮਲ ਪ੍ਰਸ਼ਾਦ ਸੀ ਡਰਾ ਤਾਂ ਧਮਕਾ ਕੇ ਮੀਤੇ ਨੇ ਉਸੇ ਕੋਲੋਂ ਉਹ ਲੈਟਰ ਪੈਡ ਛਪਵਾਇਆ ਸੀ ਜਿਸ ਉੱਪਰ ਉਹਨਾਂ ਨੇ ਫਰੋਤੀ ਦੀ ਮੰਗ ਕੀਤੀ ਸੀ। ਰਾਦੇ ਸ਼ਾਮ ਦੀ ਚਾਹ ਦੁੱਧ ਦੀ ਦੁਕਾਨ ਸੀ। ਉਹਦੇ ਸਾਹਮਣੇ ਉਹਦੀ ਦੁਕਾਨ 'ਚ ਪਾਲੇ ਮੀਤੇ ਨੇ ਬੰਟੀ ਨੂੰ ਅਗਵਾ ਕਰਨ ਤੇ ਫਰੋਤੀ ਮੰਗਣ ਦੀ ਸਾਜ਼ਿਸ਼ ਘੜੀ ਸੀ। ਰਾਮ ਸਰੂਪ ਯੁਵਾ ਸੰਗ ਦਾ ਪ੍ਰਧਾਨ ਸੀ, ਲਾਲਾ ਜੀ ਦਾਨਾ ਭਗਤ ਸੀ। ਉਸੇ ਦੀ ਅਗਵਾਈ 'ਚ ਯੁਵਾ ਸੰਗ ਨੇ ਪਹਿਲਾਂ ਬੰਟੀ ਦੇ ਕਾਤਲਾਂ ਨੂੰ ਫੜਨ, ਫਿਰ ਉਹਨਾਂ ਨੂੰ ਵਾਹੇ ਲਾਉਣ ਦੀ ਮੰਗ ਲੈ ਕੇ ਲੰਮਾ ਸੰਘਰਸ਼ ਕੀਤਾ ਸੀ। ਪਾਲਾ ਮੀਤੇ ਸੱਚੇ ਫਸੇ ਸਨ ਜਾਂ ਝੂਠੇ। ਇਸ ਨਾਲ ਉਹਦਾ ਕੋਈ ਮਤਲਬ ਨਹੀਂ ਸੀ ਉਹ ਆਪਣੇ ਪਹਿਲੇ ਸਟੈਂਡ ਤੇ ਕਾਇਮ ਸੀ ਆਪਣੇ ਬਚਾ ਲਈ ਕਿਹੜਾ ਰਸਤਾ ਬਣਾਇਆ ਜਾਏ ਜਦੋਂ ਇਹ ਵਿਚਾਰਨ ਲਈ ਬਾਕੀ ਗਵਾਹਾਂ ਨੇ ਰਾਮ ਸਰੂਪ ਨਾਲ ਸੰਪਰਕ ਕਾਇਮ ਕੀਤਾ ਤਾਂ ਉਹਨੇ ਕੋਰਾ ਜਵਾਬ ਦੇ ਦਿੱਤਾ ਕਹਿੰਦਾ ਨਾ ਮੈਂ ਕਿਸ ਤੋਂ ਡਰਦਾ ਨਾ ਮੈਂ ਕੋਈ ਬਚਾ ਕਰਨਾ ਰਾਮ ਸਰੂਪ ਇਕੱਲਾ ਹੀ ਲਾਲਾ ਜੀ ਦਾ ਉਪਾਸ਼ਕ ਨਹੀਂ ਸੀ ਉਹ ਤਿੰਨੋਂ ਵੀ ਲਾਲਾ ਜੀ ਦੇ ਚੇਲੇ ਸੀ ਦੇਸ ਰਾਜ ਗੀਤਾ ਪਵੰਦਾ ਪ੍ਰਧਾਨ ਸੀ ਗੀਤਾ ਪਵਨ ਲਾਲਾ ਜੀ ਦੀ ਪ੍ਰੇਰਣਾ ਸਦਕਾ ਉਸ ਰਿਆ ਸੀ ਦੇਸ ਰਾਜ ਗੀਤਾ ਪਵੰਦਾ ਪ੍ਰਧਾਨ ਲਾਲਾ ਜੀ ਦੇ ਅਸ਼ੀਰਵਾਦ ਨਾਲ ਬਣਿਆ ਸੀ ਗੀਤਾ ਦੀ ਕਸਮ ਖਾ ਕੇ ਝੂਠ ਉਹ ਲਾਲਾ ਜੀ ਕਾਰਨ ਹੀ ਬੋਲਿਆ ਸੀ ਉਸ ਸਮੇਂ ਉਹਨੂੰ ਪੱਕਾ ਯਕੀਨ ਦਿਵਾਇਆ ਗਿਆ ਸੀ ਬੰਟੀ ਦੇ ਕਾਤਲ ਇਹੋ ਹਨ ਕਾਨੂੰਨੀ ਅੜਚਨਾ ਦੂਰ ਕਰਨ ਲਈ ਕੁਝ ਝੂਠ ਬੋਲਣਾ ਪੈਣਾ ਇਸ ਝੂਠ ਨੂੰ ਸੱਚ ਮੰਨ ਕੇ ਉਸ ਝੂਠ ਬੋਲਿਆ ਸੀ ਕਮਲ ਪ੍ਰਸ਼ਾਦ ਸੇਵਾ ਸੰਮਤੀ ਦਾ ਪ੍ਰਧਾਨ ਸੀ ਪ੍ਰਧਾਨ ਉਹ ਨਾਂ ਦਾ ਸੀ ਕਰਤਾ ਤਰਤਾ ਲਾਲਾ ਜੀ ਸਨ ਕਮਲ ਨੇ ਲੈਟਰ ਪੈਡ ਮੀਤੇ ਦੀ ਥਾਂ ਪੁਲਿਸ ਦੇ ਆਖਣ ਤੇ ਛਾਪੀ ਸੀ ਇੰਜ ਕਰਨ ਦੀ ਹਦਾਇਤ ਖੁਦ ਰਾਮ ਸਰੂਪ ਨੇ ਉਹਨੂੰ ਦਿੱਤੀ ਸੀ ਇਹੋ ਹਾਲ ਰਾਦੇ ਸ਼ਾਮ ਦਾ ਸੀ ਦੁਕਾਨ ਦਾ ਮਾਲਕ ਉਹਨੂੰ ਲਾਲਾ ਜੀ ਨੇ ਬਣਾਇਆ ਸੀ ਪਹਿਲਾਂ ਉਹ ਇੱਕ ਹਲਵਾਈ ਦੀ ਦੁਕਾਨ ਤੇ ਨੌਕਰ ਸੀ ਲੋਕਾਂ ਦੇ ਝੂਠੇ ਭਾਂਡੇ ਮਾਿੰਦਾ ਸੀ ਐਸਾਨ ਦਾ ਬਦਲਾ ਚੁਕਾਉਣ ਲਈ ਉਹਨੇ ਪਾਲੇ ਮੀਤੇ ਵੱਲੋਂ ਦੀ ਦੁਕਾਨ ਵਿੱਚ ਸਾਜ਼ਿਸ਼ ਘੜਨ ਦੀ ਕਹਾਣੀ ਮਨਕੜਤ ਕਢੀ ਸੀ